ਫੈਨ ਤੁਸੀਂ ਬੜੇ ਤਰ੍ਹਾਂ ਦੇ ਦੇਖੇ ਹੋਣਗੇ, ਔਰ ਫੈਨ ਹਰੇਕ ਫਿਲਮ ਸਟਾਰ ਦੇ ਹੁੰਦੇ ਨੇ, ਹਰ ਸਿੰਗਰ ਦੇ ਹੁੰਦੇ ਨੇ, ਹਰ ਸੈਲੀਬ੍ਰਿਟੀ ਦੇ ਹੁੰਦੇ ਨੇ, ਪਰ ਇੱਕ ਇਹੋ ਜਿਹਾ ਫੈਨ ਕਿ ਜਿਸ ਦੀ ਉਮਰ ਮਹਿਜ਼ 5 ਸਾਲ ਹੋਵੇ ਔਰ ਉਹ ਇੱਕ NGO ਦੇ ਚਲਾਉਣ ਵਾਲੇ ਸ਼ਖਸ ਨੂੰ ਆਪਣਾ ਆਈਡੀਅਲ ਮੰਨਦਾ ਹੋਵੇ, ਇਹੋ ਜਿਹੀ ਚੀਜ਼ ਨਿਕਲ ਕੇ ਜਦੋਂ ਸਾਹਮਣੇ ਆਉਂਦੀ ਹੈ ਤਾਂ ਤੁਹਾਨੂੰ ਵੀ ਹੈਰਾਨਜਨਕ ਬਣਾਉਂਦੀ ਹੋਊਗੀ, ਔਰ ਉਸ ਤੋਂ ਜ਼ਿਆਦਾ ਹੈਰਾਨ ਉਦੋਂ ਕਰ ਦਿੰਦੀ ਹੈ ਕਿ ਉਹ 100 ਤੋਂ ਵੀ ਵੱਧ ਕਿਲੋਮੀਟਰ ਦਾ, 200 ਦੇ ਕਰੀਬ 200 ਕਿਲੋਮੀਟਰ ਦਾ ਜਿਹੜਾ ਵੈ ਫਾਸਲਾ ਦੂਰ ਕਰਕੇ ਆਵੇ ਆਪਣੇ ਸਿਰਫ ਉਸ ਆਈਡੀਅਲ ਨੂੰ ਮਿਲਣ ਵਾਸਤੇ ਜਿਸ ਦੇ ਪ੍ਰਤੀ ਉਸਦਾ ਇੱਕ ਜਜ਼ਬਾ ਹੈ। ਬਿਲਕੁਲ ਤਸਵੀਰ ਤੁਹਾਨੂੰ ਦਿਖਾਉਣਾ ਚਾਹੂੰਗਾ ਕਿ ਇੱਕ ਛੋਟਾ ਜਿਹਾ ਨੰਨਾ ਜਿਹਾ ਬੱਚਾ ਜਿਸ ਦੀ ਉਮਰ ਮਹਿਜ਼ 5 ਸਾਲ ਹੈ ਔਰ ਅੱਜ ਉਸਦਾ ਜਨਮਦਿਨ ਹੈ ਔਰ ਅੱਜ ਉਸਨੂੰ 6ਵਾਂ ਸਾਲ ਲੱਗ ਗਿਆ ਵੈ ਔਰ ਜਨਮਦਿਨ ਮਨਾ ਰਿਹਾ ਵੈ ਆਪਣੇ ਆਈਡੀਅਲ ਦੇ ਨਾਲ, ਜਿਸ ਨੂੰ ਉਹ ਮੰਨਦਾ ਵੈ, ਪੂਜਦਾ ਵੈ ਔਰ ਸੋਚਦਾ ਵੈ ਕਿ ਵੱਡਾ ਹੋ ਕੇ ਮੈਂ ਉਸਦੀ ਤਰ੍ਹਾਂ ਹੀ ਬਣਾਂਗਾ। ਪਹਿਲਾਂ ਬੱਚੇ ਨਾਲ ਅਸੀਂ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ। ਬੇਟਾ ਹੈਲੋ, ਕਿਆ ਨਾਮ ਹੈ? ਕਿਆ ਕਰਤੇ ਹੋ ਆਪ, ਕਿਸ ਕਲਾਸ ਮੇ ਹੋ? LKG ਮੇ। ਅੱਜ ਤੁਹਾਡਾ ਬਰਥਡੇ ਹੈ, ਹੈਪੀ ਬਰਥਡੇ। ਥੈਂਕ ਯੂ ਬੇਟਾ। ਅੱਜ ਕਿਸ ਸੇ ਮਿਲਨੇ ਆਏ ਹੋ ਆਪ? ਕਿਉਂ ਆਪ ਉਨਕੇ ਜੈਸਾ ਬਣਨਾ ਚਾਹਤੇ ਹੋ? ਹੈਂ, ਕਿਉਂ ਬਣਨਾ ਚਾਹਤੇ ਹੋ? ਲੋਕੋ ਕੀ ਮਦਦ ਕਰਤੇ ਹੈ ਵੋ, ਇਸ ਲਈ ਹੈ ਬੜੇ ਹੋ ਕੇ ਉਨਕੇ ਜੈਸੇ ਬਣੋਗੇ? ਕਹਾਂ ਸੇ ਆਏ ਹੋ? ਹੈ ਅਬੋਰ ਸੇ। ਅਬੋਰ ਸੇ ਕੈਸੇ ਆਏ ਹੋ? ਹੈ ਦੌੜ ਕੇ। ਦੌੜ ਕੇ? ਇਤਨੀ ਦੂਰ ਸੇ ਦੌੜ ਕਰ ਆਏ ਹੋ? ਪਾਉ ਨਹੀਂ ਦੁੱਖ ਰਹੇ? ਬਿਲਕੁਲ ਵੀ ਨਹੀਂ। ਐਸੀ ਕੈਸੇ ਬੇਟਾ, ਪਾਉ ਕੇ ਐਸੇ ਦੁੱਖ ਨਹੀਂ ਰਹੇ? ਕਿਉਂ, ਮਿਲਣਾ ਥਾ ਇਸ ਲਈ? ਕਬ ਸੇ ਦੌੜ ਰਹੇ ਹੋ? ਕਿਤਨੇ ਦਿਨ ਹੋ ਗਏ? ਕਿਤਨੇ ਦਿਨ ਹੋਏ ਘਰ ਸੇ ਚਲੇ ਹੋਏ? 7 ਦਿਨ ਹੋ ਗਏ। 7 ਦਿਨ ਸੇ ਦੌੜਤੇ ਹੋਏ ਆਏ ਹੋ? ਥਕੇ ਨਹੀਂ? ਅਬ ਮਿਲ ਲਈਏ ਉਨਸੇ? ਬਿਲਕੁਲ। ਬੱਚਾ ਵੈ ਕੁਛ ਘੱਟ ਬੋਲਦਾ ਵੈ, ਪਰ ਉਸਦਾ ਜਜ਼ਬਾ ਉਹ ਬਹੁਤ ਕੁਛ ਬੋਲਦਾ ਵੈ, ਕਿਉਂਕਿ ਜਜ਼ਬਾ ਇਹ ਸਾਬਿਤ ਕਰਦਾ ਵੈ ਕਿ ਜਦੋਂ ਛੋਟੇ ਬੱਚਿਆਂ 'ਚ ਵੀ ਜਜ਼ਬਾ ਹੋਵੇ ਤਾਂ ਉਹ ਕੁਛ ਨਾ ਕੁਛ ਨਹੀਂ ਉਹ ਬਹੁਤ ਕੁਛ ਕਰ ਸਕਦੇ ਨੇ। ਮੈਂ ਉਹਨਾਂ ਦੇ ਜਿਹੜੇ ਪਿਤਾ ਹੈਗੇ ਨੇ ਉਹਨਾਂ ਨਾਲ ਅਸੀਂ ਗੱਲ ਕਰ ਲੈਂਦੇ ਹਾਂ। ਸਰ, ਕੀ ਨਾਮ ਹੈ ਬੱਚੇ ਦਾ? ਕੀ ਨਾਮ ਹੈ ਔਰ ਦੂਸਰਾ ਤੁਸੀਂ ਕਿੱਥੋਂ ਆਏ ਹੋ ਔਰ ਇੰਨਾ ਲੰਬਾ ਰਸਤਾ ਕਿਵੇਂ ਤੈਅ ਕੀਤਾ? ਮੇਰਾ ਨਾਂ ਰਿੰਕੂ ਹੈ ਜੀ। ਅਸੀਂ ਵੈਸੇ ਹਬੋਰ ਤੋਂ ਲਾਗੇ, ਆਪਣਾ ਪਿੰਡ ਕਿੱਲੇ ਵਾਲੀ ਹੈਗਾ ਜੀ। ਇੱਥੋਂ 225 ਕਿਲੋਮੀਟਰ ਹੈਗਾ ਜੀ ਅਤੇ ਇਹਦਾ ਜਨਮਦਿਨ ਸੀ ਅਤੇ ਇਹ ਅਨਮੋਲ ਕਵਾਤਰਾ ਜੀ ਦਾ ਫੈਨ ਹੈਗਾ ਅਤੇ ਉੱਥੋਂ ਅਸੀਂ ਦੌੜ ਕੇ ਆਏ ਹਾਂ ਜੀ। ਪਰ ਸਰ, ਛੋਟਾ ਬੱਚਾ, ਇੰਨਾ ਦੌੜ, ਤੁਹਾਨੂੰ ਲੱਗਦਾ ਨਹੀਂ ਸੀ ਕਿ ਬੱਚੇ ਲਈ ਸਹੀ ਨਹੀਂ ਹੈ? ਕਿਉਂਕਿ ਕਿਤੇ ਨਾ ਕਿਤੇ 5 ਸਾਲ ਦਾ ਬੱਚਾ ਵੈ, ਹੱਡੀਆਂ ਕਿਤੇ ਨਾ ਕਿਤੇ ਥੋੜ੍ਹੀ ਨਾਜ਼ੁਕ ਹੁੰਦੀਆਂ ਵਾ। ਨਹੀਂ ਜੀ, ਇਹ ਪਹਿਲਾਂ ਹੀ 10 ਕਿਲੋਮੀਟਰ ਡੇਲੀ ਭੱਜਦਾ ਜੀ। ਅੱਛਾ, ਡੇਲੀ ਪ੍ਰੈਕਟਿਸ ਆਲਰੇਡੀ? ਹਾਂਜੀ ਹਾਂਜੀ, ਪਹਿਲਾਂ ਹੈਗੀ ਹੈ ਜੀ, ਹੁਣ ਹੀ ਪਹਿਲਾਂ ਦੌੜ ਦਿਓ ਇਹਨੂੰ, ਹੁਣ ਹੀ ਦੌੜੇਗਾ ਜੀ। ਇੰਨਾ ਕੁ ਬੱਚਾ, ਘਰ ਦੇ ਹਾਲਾਤ ਕਿਹੋ ਜਿਹੇ ਨੇ ਤੁਹਾਡੇ? ਕਰਦੇ ਠੀਕ ਹੈਗੇ? ਹਾਲਾਤ ਇੰਨੇ ਅੱਛੇ ਨਹੀਂ ਹੈਗੇ ਜੀ। ਨਹੀਂ, ਕਰਦੇ ਅੱਛੇ ਠੀਕ ਹੈਗੇ, ਬਸ ਜੀ ਕੰਮ ਕਟਿੰਗ ਦਾ ਆਪਣਾ ਕੰਮ ਹੈਗਾ। ਅੱਛਾ, ਅਤੇ ਬਸ ਇੱਕ ਬੱਚਾ। ਕਿੰਨੀ ਕੁ ਰੋਜ਼ੀ ਰੋਟੀ ਕਮਾ ਲੈਂਦੇ ਹੋ? ਕਿੰਨਾ ਕੁ? 500-600 ਰੁਪਏ ਕਮਾ ਲੈਂਦੇ ਹਾਂ ਜੀ। ਬਿਲਕੁਲ, ਮੇਰੇ ਨਾਲ ਇਸ ਲਈ ਮੌਜੂਦ ਹੈਗੇ ਨੇ ਉਸ 6 ਸਾਲ ਦੇ ਬੱਚੇ ਦੇ ਆਈਡੀਅਲ, ਜਿਸ ਨੂੰ ਮਿਲਣ ਵਾਸਤੇ ਉਹ 200 ਤੋਂ ਵੱਧ ਕਿਲੋਮੀਟਰ ਦਾ ਜਿਹੜਾ ਸਫ਼ਰ ਹੈ,
ਭੱਜ ਕੇ ਪਾਰ ਕਰਕੇ ਲੁਧਿਆਣਾ ਪਹੁੰਚਿਆ ਵੈ ਅਨਮੋਲ ਕੁਆਤਰਾ। ਬਿਲਕੁਲ ਅਨਮੋਲ ਜੀ, ਬਹੁਤ ਬਹੁਤ ਸਵਾਗਤ। ਥੈਂਕ ਯੂ ਬ੍ਰਦਰ, ਥੈਂਕ ਯੂ ਸੋ ਮਚ। ਅਨਮੋਲ ਜੀ, ਅਜੀਬ ਨਹੀਂ ਲੱਗਦਾ ਕਿ ਤੁਸੀਂ ਵੱਡਿਆਂ ਦੇ ਆਈਡੀਅਲ ਤਾਂ ਬਣੇ ਹੋਏ ਹੋ, ਹੁਣ ਬੱਚਿਆਂ ਦੇ ਵੀ? ਕਰਮਾਂ ਵਾਲਾ ਲੱਗਦਾ ਜੀ, ਮੈਂ ਪਤਾ ਨਹੀਂ ਕਿਹੜੇ ਕਰਮਾਂ ਦਾ ਫਲ ਮੈਨੂੰ ਮਿਲ ਰਿਹਾ। ਸ਼ੁਕਰ ਹੈ ਉਸ ਪਰਮਾਤਮਾ ਦਾ, ਉਸ ਅਕਾਲ ਪੁਰਖ ਦਾ ਕਿ ਅਸੀਂ ਯੋਗ ਬਣਾਇਆ, ਕਿ ਕਿਸੇ ਦੀ ਸਿਹਤ ਬਣ ਰਹੇ ਹਾਂ ਅਸੀਂ, ਅਤੇ ਕੋਈ ਸਾਡੇ ਤੋਂ ਸਿਹਤ ਲੈ ਰਿਹਾ। ਇਸ ਯੋਗ ਬਣੇ ਹਾਂ ਅਸੀਂ, ਕਰਮ ਤਾਂ ਨਹੀਂ ਕੀਤੇ ਮੈਂ ਹੋਸ਼ੇ ਹਵਾਸ 'ਚ ਇੰਨੇ ਚੰਗੇ, ਪਰ ਠੀਕ ਹੈ ਜੇ ਮਹਾਰਾਜ ਫਲ ਦੇ ਰਿਹਾ ਤਾਂ ਕੋਈ ਸੋਚ ਕੇ ਹੀ ਦੇ ਰਿਹਾ ਹੋਵੇਗਾ। ਅਤੇ ਅਨਮੋਲ ਜੀ, ਛੋਟਾ ਜਿਹਾ ਬੱਚਾ ਜੋ ਤੁਸੀਂ ਉਹਨੂੰ ਮਿਲੇ, ਕਿਉਂਕਿ ਅਸੀਂ ਕੱਲ੍ਹ ਤੁਹਾਨੂੰ ਤੁਹਾਡਾ ਇੱਕ ਵੀਡੀਓ ਵੀ ਦੇਖਿਆ ਜਿਹੜਾ ਤੁਸੀਂ ਵਾਇਰਲ ਕੀਤਾ ਸੀ, ਉਹ 'ਚ ਸਪੈਸ਼ਲੀ ਤੁਸੀਂ ਇੱਕ ਮੈਸੇਜ ਦੇਣ ਦੀ ਵੀ ਕੋਸ਼ਿਸ਼ ਕੀਤੀ ਸੀ, ਔਰ ਸਾਨੂੰ ਲੱਗਦਾ ਵਾ ਕਿ ਲੋਕਾਂ ਨੂੰ ਸ਼ਾਇਦ ਉਸ ਚੀਜ਼ ਨੂੰ ਹੀ ਸਮਝਣ ਦੀ ਜ਼ਰੂਰਤ ਹੈਗੀ ਹੈ, ਲੱਗਦਾ ਵਾ? ਭਾਅ ਜੀ, ਬੜਾ ਕੁਛ ਚੰਗਾ ਹੈਗਾ ਸਮਾਜ 'ਚ, ਸਾਡੀ ਦੇਖਣ ਵਾਲੀ ਅੱਖ ਨਹੀਂ ਹੁੰਦੀ, ਬੜੇ ਲੋਕ ਚੰਗੇ ਵੀ ਨੇ, ਔਰ ਠੀਕ ਹੈ ਕਿ ਜਿਹੜੇ ਮਾੜੇ ਨੇ ਨਾ ਉਹ ਇਕੱਠੇ ਜਲਦੀ ਹੋ ਜਾਂਦੇ ਨੇ, ਚੰਗੇ ਇਕੱਠੇ ਨਹੀਂ ਹੁੰਦੇ। ਜਿਹੜੇ ਚੰਗੇ ਲੋਕ ਨੇ ਸਮਾਜ ਦੇ ਵਿੱਚ ਬਹੁਤ ਜ਼ਿਆਦਾ ਨੇ ਐਜ਼ ਕੰਪੇਅਰ ਟੂ ਮਾੜੇ, ਬਸ ਚੰਗੇ ਲੋਕ ਜਿਹੜੇ ਉਹ ਆਪਣੀ ਗੱਲ ਰੱਖਣ ਦੇ ਵਿੱਚ ਝਿਜਕਦੇ ਨੇ ਕਿ ਅਸੀਂ ਖੁੱਲ੍ਹ ਕੇ ਕਿੱਦਾਂ ਮੁੱਦਾ ਚੱਕ ਲਈਏ, ਡਰਦੇ ਨੇ ਥੋੜ੍ਹਾ ਜਿਹਾ ਚੰਗੇ ਲੋਕ ਜਿਹੜੇ ਹੁੰਦੇ ਨੇ। ਅਤੇ ਜੇ ਅਸੀਂ ਇਹ ਪਰਦਾ ਚੱਕ ਦਈਏ, ਸਹੀ ਨੂੰ ਸਹੀ ਅਤੇ ਗਲਤ ਨੂੰ ਗਲਤ ਕਹਿਣ ਦਾ ਦਮ ਰੱਖੀਏ, ਤਾਂ ਸਮਾਜ 'ਚ ਆਪੇ ਬੁਰਾਈ ਨੂੰ ਠੱਲ ਪੈ ਜਾਏ। ਜਦੋਂ ਲੋਕ ਖੁਦ ਚੰਗੀਆਂ ਚੀਜ਼ਾਂ ਨੂੰ ਪ੍ਰਮੋਟ ਕਰਨਾ ਜਾਂ ਵੀਡੀਓ ਨੂੰ ਵਾਇਰਲ ਕਰਨਾ ਸ਼ੁਰੂ ਕਰ ਦੇਣਗੇ, ਮਾੜੀਆਂ ਨੂੰ ਆਪੇ ਨੱਥ ਪੈ ਜਾਏਗੀ। ਮੈਂ ਬੋਲ ਕੇ ਮਾੜੀਆਂ ਵੀਡੀਓਜ਼ ਖਤਮ ਨਹੀਂ ਕਰ ਸਕਦਾ, ਲੋਕਾਂ ਨੂੰ ਆਪ ਸਮਝ ਆ ਰਹੀ ਹੈ ਕਿ ਅੱਜ ਮੈਂ ਕੋਈ ਵੀਡੀਓ ਦੇਖ ਰਿਹਾ ਤਾਂ ਸਿੱਖ ਹੀ ਰਿਹਾ, ਹਾਂ ਹੀ ਤਾਂ ਨਹੀਂ ਸਿੱਖ ਰਿਹਾ, ਇਕੱਲੇ ਮੈਂ ਇੱਕ ਘਰ ਦਾ ਕਲੇਸ਼ ਦੇਖ ਕੇ ਆਪਣੇ ਮਨ ਨੂੰ 2 ਮਿੰਟ ਰਿਲੈਕਸ ਕਰਕੇ ਮੈਂ ਸਿੱਖ ਹੀ ਰਿਹਾ। ਅੱਜ ਹਰ ਬੰਦਾ ਗਰੋ ਕਰਨਾ ਚਾਹੁੰਦਾ ਹੈ ਨਾ, ਗਰੋ ਕਰਨਾ ਚਾਹੀਦਾ, ਗਰੋ ਕਰਨ ਲਈ ਕਰ ਕੀ ਰਿਹਾ, ਸਾਰਾ ਦਿਨ ਸੁਣ ਕੀ ਰਿਹਾ, ਰੋਟੀ ਖਾਂਦੇ ਹਾਂ ਅਸੀਂ ਸਾਡੀ ਬੋਡੀ ਉੱਦਾਂ ਦੀ ਬਣ ਜਾਂਦੀ ਹੈ, ਇਹ ਦਿਮਾਗ 'ਚ ਕੀ ਪਾ ਰਹੇ ਹਾਂ ਉੱਦਾਂ ਦੀ ਮੈਂਟਲ ਹੈਲਥ ਬਣ ਜਾਏਗੀ। ਤਾਂ ਚੰਗਾ ਕੰਟੈਂਟ, ਚੰਗਾ ਵੀਡੀਓਜ਼, ਚੰਗਾ ਕੰਮ ਦੇਖਣਾ ਅਤੇ ਲੋਕ ਸ਼ੇਅਰ ਕਰਨਾ ਸ਼ੁਰੂ ਕਰਨ ਤਾਂ ਨਜ਼ਾਰੇ ਹੀ ਨਜ਼ਾਰੇ ਨੇ। ਅੱਛਾ ਅਨਮੋਲ ਜੀ, ਲੱਗਦਾ ਕਿ ਐਡੇ ਛੋਟੀ ਜਿਹੀ ਉਮਰ ਦੇ ਵਿੱਚ ਬੱਚਾ ਪੂਰੇ ਸਮਾਜ ਨੂੰ, ਪੂਰੇ ਪੰਜਾਬ ਨੂੰ ਇੱਕ ਮੈਸੇਜ ਦੇਣ ਦੀ ਕੋਸ਼ਿਸ਼ ਕਰ ਰਿਹਾ, ਔਰ ਉਹ ਮੈਸੇਜ ਜਿਹੜਾ ਕਿ ਸ਼ਾਇਦ ਅੱਜ ਦੀ ਡੇਟ ਦੇ 'ਚ ਲੋਕ ਕਹਿੰਦੇ ਨੇ ਪਰ ਕਰਦੇ ਕੁਛ ਨਹੀਂ ਨੇ। ਬਾ ਜੀ, ਬਹੁਤ ਵੱਡੀ ਗੱਲ ਆ ਵਾਲੀ ਜਿਹੜੀ ਇਹ ਬੱਚਾ ਕਰ ਰਿਹਾ, ਤੁਸੀਂ ਇਮੈਜਿਨ ਕਰਕੇ ਦੇਖੋ, 6 ਸਾਲ ਦਾ ਬੱਚਾ ਯਾਰ ਇੰਨੀ ਠੰਡ ਦੇ ਵਿੱਚ ਕਿੱਥੋਂ ਹਫ਼ਤੇ ਦਾ ਤੁਰਿਆ ਹੋਇਆ, ਪੈਦਲ ਇੱਕ ਵਾਰ ਮੋਟਰਸਾਈਕਲ 'ਤੇ ਬਹਿ ਕੇ ਨਹੀਂ ਆਇਆ, ਪੈਦਲ ਹੀ ਤੁਰਿਆ ਹੋਇਆ, ਬਹੁਤ ਵੱਡੀ ਗੱਲ ਹੈ, ਇਹ ਛੋਟੀ ਮੋਟੀ ਗੱਲ ਨਹੀਂ ਹੈ, ਇਹਨੂੰ ਐਪਰੀਸ਼ੀਏਟ ਕਰਨਾ ਚਾਹੀਦਾ। ਔਰ ਇਸ ਬੱਚੇ ਤੋਂ ਸਿਹਤ ਲੈਣੀ ਚਾਹੀਦੀ ਕਿ ਉਹਨੂੰ ਸਮਝ ਵੀ ਨਹੀਂ ਅਜੇ ਚੱਜ ਨਾਲ, ਜੇ ਆਪਾਂ ਗੱਲ ਕਰੀਏ ਨਸ਼ਿਆਂ ਦੀ, ਪਰ ਫਿਰ ਵੀ ਉਹ ਆਪਣੀ ਜਿਹੜੀ ਦੌੜ ਹੈ ਉਹਨੂੰ ਉਹਦੇ ਪਿਓ ਨੇ ਭੱਜਣਾ ਸਿਖਾਤਾ, ਹੁਣ ਉਹਦੀ ਡੈਡੀਕੇਸ਼ਨ ਆ ਸਿਰਫ ਭੱਜਣਾ। ਉਵੇਂ ਹੀ ਸਾਡੇ ਮਾਂ ਬਾਪ ਨੇ ਜੋ ਬੱਚੇ ਨੂੰ ਆਕਾਰ ਦੇਣਗੇ, ਕੱਚਾ ਭਾਂਡਾ ਹੁੰਦਾ ਬੱਚਾ, ਉਵੇਂ ਦਾ ਬੱਚਾ ਬਣਦੇ। ਤੁਸੀਂ ਬੱਚਿਆਂ ਨੂੰ ਜੰਮਦਿਆਂ ਇਹਨੂੰ ਆਈਫੋਨ, ਉਹਨੂੰ ਇੰਨੀ ਰੋਇਲ ਲਾਈਫ ਦਿਖਾ ਰਹੇ ਹੋ, ਉਹਨੂੰ ਦਰਦ ਦਾ ਅਹਿਸਾਸ ਹੀ ਨਹੀਂ। ਬੱਚਿਆਂ ਨੂੰ ਆਪਣੇ ਲਿਜਾ ਕੇ ਦਿਖਾਓ, ਇੱਥੇ ਦੇਖੋ ਨਾ ਕਿ ਇਹ ਵੀ ਬੱਚਾ। ਹੁਣ ਇੱਕ ਬੱਚਾ ਕੋਈ ਛੋਟਾ 6-7 ਸਾਲ ਦਾ ਆ ਕੇ ਦੇਖੇਗਾ ਕਿ ਇਹ ਬੱਚਾ ਹੈ, ਇਹ ਮੈਡੀਸਨ ਨਹੀਂ ਲੈ ਸਕਦਾ, ਉਹਦੀ ਮਾਂ ਕਿਉਂ ਨਹੀਂ ਲੈ ਸਕਦੀ, ਮੇਰੀ ਮਾਂ ਨੇ ਮੈਨੂੰ ਇੰਨਾ ਕੁਛ ਦਿੱਤਾ, ਉਹ ਬੱਚਾ ਆਪਣੇ ਆਪ ਸੋਚੇਗਾ ਕਿ ਦੁਨੀਆ 'ਚ ਕਿੰਨੇ ਦੁੱਖ ਨੇ। ਹੁਣ ਇੱਕ ਬੱਚੇ ਨੂੰ ਤੁਸੀਂ ਦਿਖਾਉਣਾ ਹੀ ਸਿਰਫ ਆਲੀਸ਼ਾਨ ਵੱਡੇ ਵੱਡੇ ਘਰ, ਮੌਲ, ਕਿ ਬੇਟਾ ਨਾਈਕ ਦੇ ਸ਼ੂਜ਼ ਨੇ, ਬੇਟਾ ਇਹ LV ਦਾ ਬੈਗ ਹੈ, ਬੇਟਾ ਇਹ ਗੁੱਚੀ ਦਾ ਬੈਗ ਹੈ, ਫਿਰ ਉੱਥੇ ਜੋਗੇ ਰਹਿ ਜਾਂਦਾ ਬੱਚਾ। ਬੱਚਿਆਂ ਨੂੰ ਚੀਜ਼ਾਂ ਦਿਖਾਓ ਕਿ ਦੁਨੀਆ 'ਚ ਦੁਖੀ ਵੀ ਕਿੰਨੇ ਨੇ। ਕਹਿੰਦੇ ਆ ਨਾ ਕਿ ਨੀਵਿਆਂ ਨੂੰ ਦੇਖ ਕੇ ਜੀਣਾ ਚਾਹੀਦਾ, ਐਵੇਂ ਨਹੀਂ ਸਾਡੇ ਬਜ਼ੁਰਗਾਂ ਨੇ ਕਿਹਾ ਕਿ ਦੁਨੀਆ 'ਚ ਦੁੱਖ ਕਿੰਨੇ ਨੇ, ਤਾਂ ਹੀ ਆਪਣਾ ਦੁੱਖ ਤੁਹਾਨੂੰ ਛੋਟਾ ਲੱਗੇਗਾ ਜੇ ਤੁਸੀਂ ਦੂਜਿਆਂ ਦੇ ਦੁੱਖ ਸੁਣੋਗੇ। ਕਹਿੰਦੇ ਨੇ ਅੱਛਾ ਕੰਮ ਕਰਨ ਵਾਲੇ ਨੇ, ਬੁਰਾਈ ਕਰਨ ਵਾਲੇ ਵੀ ਲੋਕ ਬੜੇ ਆ ਜਾਂਦੇ ਨੇ, ਔਰ ਖਾਸ ਤੌਰ 'ਤੇ ਅੱਗੇ ਅਨਮੋਲ ਕੁਆਤਰਾ ਹੋਵੇ ਤਾਂ ਫਿਰ ਕਹਿੰਦੇ ਉਹਦੇ ਬਾਰੇ ਤਾਂ ਫਿਰ ਬਹੁਤ ਲੋਕ ਬਹੁਤ ਕੁਛ ਬੋਲਦੇ ਨੇ। ਲੱਗਦਾ ਵਾ ਕਿ ਇਹ ਸਿਰਫ ਜਿਹੜੇ ਬੋਲਦੇ ਨੇ ਉਹ ਸਿਰਫ ਬੋਲਣ ਜੋਗੇ ਨੇ। ਭਾਅ ਜੀ, ਜੇ ਬੋਲਣ ਜੋਗੇ ਸਿਰਫ ਨਾ ਹੁੰਦੇ ਨਾ ਤਾਂ ਇੱਥੇ ਖੜ੍ਹੇ ਹੁੰਦੇ। ਆਪਾਂ ਗੱਲ ਕਰੀਏ ਤਰਕਾਂ ਦੇ ਹਿਸਾਬ ਨਾਲ, ਇਕੱਲੀ ਹਵਾ 'ਚ ਗੱਲਾਂ ਨਾ ਕਰੀਏ। ਸੋਸ਼ਲ ਮੀਡੀਆ ਜ਼ਿੰਦਗੀ ਹੋਰ ਹੈ, ਅਸਲ ਜ਼ਿੰਦਗੀ ਹੋਰ। ਜੇ ਸੋਸ਼ਲ ਮੀਡੀਆ 'ਤੇ ਰੌਲਾ ਚੱਲ ਰਿਹਾ ਤਾਂ ਮਤਲਬ ਇਹ ਨਹੀਂ ਕਿ ਅਸਲ ਜ਼ਿੰਦਗੀ 'ਚ ਵੀ ਰੌਲਾ ਚੱਲ ਰਿਹਾ, ਸੋਸ਼ਲ ਮੀਡੀਆ ਹੋਰ ਚੀਜ਼ ਹੈ, ਅਸਲ ਜ਼ਿੰਦਗੀ ਹੋਰ ਚੀਜ਼ ਹੈ। ਜਿਨ੍ਹਾਂ ਨੂੰ ਸੱਚੀ ਵਿੱਚ ਕੋਈ ਦਿੱਕਤ ਹੈ ਨਾ, ਜਿਹੜੇ ਵੀਡੀਓ 'ਚ ਕਹਿੰਦੇ ਨੇ ਕਿ ਸਾਨੂੰ ਦਿੱਕਤ ਹੈ, ਇਹ ਚੋਰ ਹੈ, ਉਹ ਇੱਥੇ ਖੜ੍ਹ ਕੇ ਗੱਲ ਕਰਨ ਵਾਲੇ ਨੇ।
ਤੁਹਾਡੇ ਕੋਲ ਵੀ ਜੇ ਮਾਈਕ ਹੈ, ਮੈਂ ਤੁਹਾਨੂੰ ਕੋਈ ਰੋਕਿਆ ਸਵਾਲ ਕਰਨ ਤੋਂ, ਤੁਸੀਂ ਪੁੱਛੋ ਕੀ ਪੁੱਛ ਸਕਦੇ ਹੋ, ਜੇ ਸਾਧ ਤੱਕ ਪੁੱਛ ਸਕਦੇ ਹੋ ਪੁੱਛੋ, ਮੈਂ ਕੋਈ ਗੁੱਸਾ ਨਹੀਂ ਕਰੂੰਗਾ। ਪਰ ਜੇ ਤੁਸੀਂ ਘਰ ਜਾ ਕੇ ਵੀਡੀਓ ਬਣਾ ਕਹੋਗੇ ਨਮੂਲ ਚੋਰਾਂ ਨੂੰ, ਇਹਦਾ ਹੱਲ ਕੀ ਹੈ? ਇਹਦਾ ਹੱਲ ਨਹੀਂ ਹੈ ਨਾ, ਹੱਲ ਇਹ ਹੈ ਕਿ ਆਓ ਬੈਠੋ, ਆਪਾਂ 1-on-1 ਡਿਬੇਟ ਕਰਦੇ ਹਾਂ ਕਿ ਯਾਰ ਆਹ ਸਾਨੂੰ ਡਾਊਟ ਹੈ, ਆਹ ਅਫਵਾਹ ਸੁਣੀ ਹੈ, ਇਹਦਾ ਕਲੀਅਰ ਕਰ ਦੇ। ਮੈਂ ਕਲੀਅਰ ਕਰ ਦਿੰਦਾ, ਰੋਜ਼ ਨਹੀਂ ਕਰਾਂ ਦੇਦਾ, ਇੱਕ ਦਿਨ ਰੱਖ ਲਓ। ਮਾਨ ਸਾਹਿਬ ਨੇ ਜਿਵੇਂ ਇੱਕ ਦਿਨ ਰੱਖਿਆ ਸੀ ਨਾ ਵੈਰੀਆਂ ਲਈ ਕਿ ਆ ਜਾਓ ਡਿਬੇਟ ਕਰ ਲਓ, ਕੋਈ ਨਹੀਂ ਆਇਆ। ਮੇਰੇ ਤਾਂ 365 ਦਿਨ ਗੇਟ ਖੁੱਲ੍ਹੇ ਨੇ। ਆਓ ਮਾਈਕ ਲੈ ਕੇ ਆਓ, ਲਾਈਵ ਕੈਮਰਾ ਕਰਕੇ ਆਓ, ਆਪਾਂ ਬਹਿ ਕੇ ਗੱਲਬਾਤ ਕਰ ਲੈਂਦੇ। ਮੈਂ ਸੁਣਿਆ ਤੁਸੀਂ ਮਾਨ ਸਾਹਿਬ ਦੇ ਬੜੇ ਵੱਡੇ ਫੈਨ ਹੈਗੇ ਹੋ, ਕਿਉਂਕਿ ਮਾਨ ਸਾਹਿਬ ਦੇ ਨਾਲ ਵੀ ਤੁਸੀਂ ਇੱਕ ਅੱਛੇ ਤਾਲੁਕਾਤ ਵੀ ਹੈਗੇ ਨੇ, ਔਰ ਮਾਨ ਸਾਹਿਬ ਵੀ ਇੱਕ ਅੱਛੇ ਜਿੱਥੇ ਕੰਮ ਕਰ ਰਹੇ ਨੇ ਉੱਥੇ ਤੁਸੀਂ ਵੀ ਲੱਗੇ ਹੋਏ ਹੋ। ਫੈਨ ਮੈਂ ਹੈਗਾ ਸਿਰਫ ਇੱਕ ਚੰਗੇ ਇਨਸਾਨ ਦਾ, ਪਾਰਟੀ ਮੈਟਰ ਨਹੀਂ ਕਰਦੀ। ਜੇ ਤੁਸੀਂ ਵੀ ਇੱਕ ਚੰਗੇ ਇਮਾਨਦਾਰ ਪੱਤਰਕਾਰ ਹੋ, ਮੈਂ ਤੁਹਾਡਾ ਵੀ ਫੈਨ ਹਾਂ। ਪਰ ਜੇ ਤੁਸੀਂ ਇੱਕ ਬਹੁਤ ਵੱਡੇ ਨਾਮੀ ਬੰਦੇ ਹੋ ਪਰ ਤੁਸੀਂ ਕਰਪਟ ਹੋ, ਤੁਸੀਂ ਬਾਇਸਡ ਕਰਦੇ ਹੋ ਇੰਟਰਵਿਊਜ਼, ਫਿਰ ਮੈਂ ਮੇਰੇ ਲਈ ਤੁਸੀਂ ਕੋਈ ਇਨਸਾਨ ਨਹੀਂ। ਬੰਦੇ ਦੇ ਕਿਰਦਾਰ ਨੂੰ ਸਲਾਮੀ ਹੁੰਦੀ ਹੈ, ਅਹੁਦੇ ਨੂੰ ਕੋਈ ਸਲਾਮੀ ਨਹੀਂ। ਮਾਨ ਸਾਹਿਬ ਚੰਗਾ ਕਰਨਗੇ ਪੰਜਾਬ ਲਈ, ਮਾਨ ਸਾਹਿਬ ਸਾਡੇ ਆਈਡਲ ਨੇ। ਮਾਨ ਸਾਹਿਬ ਨਹੀਂ ਕਰਨਗੇ ਪੰਜਾਬ ਲਈ ਚੰਗਾ, ਜਾਂ ਪੰਜਾਬ ਦਾ ਤੁਸੀਂ ਦੇਖ ਹੀ ਰਹੇ ਹੋ ਹੁਣ ਹਾਲ ਜੋ ਹੈਗਾ। ਮੈਡੀਕਲ ਫੀਲਡ ਦੀ ਮੈਂ ਗੱਲ ਕਰਦਾ ਨਾ, ਹੋਰ ਮੈਂ ਮੁੱਦੇ 'ਤੇ ਬਹਿਸ ਨਹੀਂ ਕਰ ਸਕਦਾ। 8 ਸਾਲ ਤੋਂ ਅਸੀਂ ਮੈਡੀਕਲ ਮੁੱਦੇ 'ਤੇ ਕੰਮ ਕਰ ਰਹੇ ਹਾਂ, ਮੈਨੂੰ ਤਾਂ ਕੋਈ ਸੁਧਾਰ ਨਹੀਂ ਨਜ਼ਰ ਆ ਰਿਹਾ। ਸਿਵਲ ਹਸਪਤਾਲਾਂ ਦੇ ਜੋ ਹਾਲ 2 ਸਾਲ ਪਹਿਲਾਂ ਸੀ ਉਹੀ ਅੱਜ ਨੇ, ਉਹ ਤਾਂ ਇੱਕ ਹਵਾ ਬਣਾਈ ਜਾ ਰਹੀ ਸੋਸ਼ਲ ਮੀਡੀਆ 'ਤੇ। ਜਿੱਦਾਂ ਇੱਕ ਬੰਦਾ ਅਮੀਰ, ਉਹਨੇ ਦੇਖਿਆ ਕਿ ਗਰੀਬਾਂ ਦਾ ਇਹ ਹਾਲ ਹੋ ਰਿਹਾ ਫਲਾਨੀ ਸਰਕਾਰ 'ਚ, ਦੂਜੀ ਸਰਕਾਰ 'ਚ, ਸੋਸ਼ਲ ਮੀਡੀਆ 'ਤੇ ਦਿਖਾ ਦਿੱਤਾ ਕਿ ਇੰਨਾ ਕੰਮ ਹੋ ਗਿਆ, ਐਂ ਇੱਦਾਂ ਥੋੜ੍ਹੀ ਹੱਲ ਹੋਏ। ਇੱਥੇ ਆ ਕੇ ਪੁੱਛੋ, ਸਾਨੂੰ ਪੁੱਛੋ ਆ ਕੇ ਕਿੰਨਾ ਕੁ ਫਰਕ ਪਿਆ। ਤੁਹਾਡੇ ਕਹਿਣ ਮਤਲਬ ਕਿ ਜ਼ਮੀਨੀ ਹਕੀਕਤ ਕੁਛ ਹੋਰ ਹੀ ਹੁੰਦੀ? ਹਾਂ, ਇੱਦਾਂ ਹੀ ਹੁੰਦੀ ਹੈ, ਜ਼ਮੀਨੀ ਹਕੀਕਤ ਹਮੇਸ਼ਾ ਹੀ ਕੁਛ ਹੋਰ ਹੁੰਦੀ ਹੈ। ਹੱਲ ਤਾਂ ਸਿਵਲ ਹਸਪਤਾਲਾਂ 'ਚ ਜਾ ਕੇ ਇੰਟਰਵਿਊਆਂ ਕਰੋ ਨਾ, ਤੁਸੀਂ ਵਾਰਡਾਂ 'ਚ ਜਾ ਕੇ ਪੁੱਛੋ ਕੀ ਬਣਿਆ, ਉਹ ਤੁਹਾਨੂੰ ਜਵਾਬ ਦੇਣਗੇ। ਹੋ ਸਕਦਾ ਮੈਂ ਖਿਲਾਫ ਬੋਲਦਾ, ਮੈਂ ਓਪੋਜੀਸ਼ਨ ਦਾ ਬੰਦਾ ਹਾਂ, ਪਰ ਜਿਹੜੇ ਮਰੀਜ਼ ਹਸਪਤਾਲਾਂ 'ਚ ਐਡਮਿਟ ਨੇ ਉਹਨਾਂ ਨੂੰ ਜਾ ਕੇ ਪੁੱਛੋ ਨਾ ਕੀ ਹੱਲ ਹੈ, ਕੀ ਮੁੱਦਾ ਪੰਜਾਬ 'ਚ, ਕੀ ਮੈਡੀਕਲ ਮਾਫੀਆ ਚੱਲ ਰਿਹਾ। ਇੱਕ ਆਪ ਛੋਟੀ ਜਿਹੀ ਇਗਜ਼ਾਮਪਲ ਦੇ ਦਿੰਦਾ, ਤੁਸੀਂ ਕੱਪੜੇ ਲੈਣ ਜਾਂਦੇ ਹੋ, MRP ਲੱਗੀ ਹੁੰਦੀ ਹੈ, MRP 'ਤੇ ਲੈਂਦੇ ਹੋ। ਦਵਾਈ ਲੈਣ ਜਾਂਦੇ ਹੋ, ਉਹਦੇ 'ਤੇ MRP ਫਿਕਸ ਕਿਉਂ ਨਹੀਂ ਹੈ? ਦਿਓ ਜਵਾਬ। ਇੱਕ 10 ਰੁਪਏ ਵਾਲੀ ਦਵਾਈ ਦੇ ਪੱਤੇ 'ਤੇ ਮੈਨੂਪੁਲੇਟ ਕਰਕੇ MRP 500 ਰੁਪਏ ਲੱਗੀ ਹੋਈ ਹੈ, ਦੁਕਾਨਦਾਰ 250 ਦਾ ਪੱਤਾ ਦੇ ਦਿੰਦਾ, ਅਸੀਂ ਖੁਸ਼ ਹੋ ਜਾਂਦੇ 500 ਵਾਲਾ ਪੱਤਾ 250 'ਚ, ਪਰ ਉਹ ਪੱਤੇ ਦੀ ਕੀਮਤ 10 ਰੁਪਏ ਹੈ। ਇਹ ਸਰਕਾਰ ਨੂੰ ਦਿਖਦਾ ਨਹੀਂ ਇਹ ਮੁੱਦਾ ਕਿੰਨਾ ਚੱਲਦਾ, ਜਾਇਜ਼ ਮੁੱਦਾ? ਤੁਸੀਂ ਹਾਂ ਕਰੋਗੇ ਕਿ ਜਾਇਜ਼ ਮੁੱਦਾ ਕਿ ਨਹੀਂ? ਇਹਦਾ ਹੱਲ ਕਿਉਂ ਨਹੀਂ ਹੋ ਰਿਹਾ? ਇੱਕ ਗਲੂਕੋਜ਼ ਦੀ ਬੋਤਲ 10-15 ਰੁਪਏ ਦੀ ਆਉਂਦੀ ਹੈ, 100-150 ਰੁਪਏ ਦੀ ਵਿਕ ਰਹੀ ਹੈ ਹਸਪਤਾਲਾਂ 'ਚ। ਇਹ ਨਜ਼ਰ ਨਹੀਂ ਆਉਂਦਾ ਸਰਕਾਰ ਨੂੰ ਕਿ ਸਰਕਾਰ ਇਹ ਅੱਖਾਂ ਬੰਦ ਕਰ ਰਹੀ ਹੈ? ਚਲੋ ਚਲਦੇ ਇੱਕ ਸਿਰਫ ਉਸ ਬੱਚੇ ਨੂੰ ਲੈ ਕੇ ਆਪਾਂ ਫਿਰ ਦੁਬਾਰਾ ਤੀ ਗੱਲ ਕਰ ਲਈਏ ਕਿ ਬੱਚੇ ਦੇ ਪ੍ਰਤੀ ਅਨਮੋਲ ਕੁਆਤਰਾ ਅੱਜ ਕੀ ਸੋਚਦਾ ਵੈ, ਔਰ ਕੀ ਉਸਨੂੰ ਅਨਮੋਲ ਕੁਆਤਰਾ ਕੀ ਐਸੇ ਟਿਪਸ ਦਊਗਾ ਕਿ ਉਹ ਵੀ ਅਨਮੋਲ ਕੁਆਤਰਾ ਬਣ ਸਕੇ? ਮੈਂ ਪੂਰੀ ਦੁਨੀਆ ਨੂੰ ਇੱਕ ਟਿਪ ਦਊਂਗਾ, ਇਮਾਨਦਾਰੀ ਅਤੇ ਮਿਹਨਤ। ਇਮਾਨਦਾਰੀ ਰੱਖੋ ਇੱਕ ਆਪਣੇ ਪ੍ਰੋਫੈਸ਼ਨ 'ਚ, ਲੋਇਲ ਰਹੋ, ਨੀਅਤ ਸਾਫ਼ ਰੱਖੋ, ਧੋਖਾ ਨਾ ਕਰੋ ਕਦੀ ਕਿਸੇ ਨਾਲ, ਭਾਵੇਂ ਕੋਈ ਦੇਖ ਰਿਹਾ ਜਾਂ ਨਹੀਂ ਦੇਖ ਰਿਹਾ। ਇੱਕ ਕੰਟੀਨਿਊਸਲੀ ਚੱਲਦੇ ਰਹੋ, ਤੀਜੀ ਚੀਜ਼ ਦੀ ਲੋੜ ਨਹੀਂ। ਇੱਕ ਮਹਾਰਾਜ 'ਚ ਵਿਸ਼ਵਾਸ, ਪਰਮਾਤਮਾ ਦਾ ਨਾਮ, ਉਹਦਾ ਜਿਸ ਬੰਦੇ ਨੂੰ ਰੱਬ ਯਾਦ ਆ ਉਹ ਕਿਸੇ ਨਾਲ ਗਲਤ ਕਰ ਹੀ ਨਹੀਂ ਸਕਦਾ, ਜਿਹੜੇ ਬੰਦੇ ਨੂੰ ਕਰਮਾ ਯਾਦ ਆ ਕਿਸੇ ਨਾਲ ਗਲਤ ਕਰ ਹੀ ਨਹੀਂ ਸਕਦਾ। ਬੱਚਾ ਇਮਾਨਦਾਰੀ ਨਾਲ ਚੱਲੇਗਾ, ਮਿਹਨਤ ਨਾਲ ਚੱਲੇਗਾ, ਬਿਨਾਂ ਕਿਸੇ ਲਾਲਚ ਤੋਂ ਚੱਲੇਗਾ, ਚੱਲਦਾ ਰਹੇਗਾ। ਜਿੱਥੇ ਕੋਈ ਲਾਲਚ ਆ ਗਿਆ, ਜਿੱਥੇ ਕੋਈ ਸਕੀਮਬਾਜ਼ੀ ਆ ਗਈ, ਗੇਮ ਆ ਗਈ, ਉਹ ਬੱਚਾ ਛੱਡੋ, ਦੁਨੀਆ ਦਾ ਪ੍ਰਧਾਨ ਮੰਤਰੀ ਵੀ ਗਿਆ, ਮੈਂ ਵੀ ਗਿਆ, ਕਿਉਂਕਿ ਜਿਹੜੇ ਸਾਡੇ ਲੇਖੇ ਨੇ ਨਾ ਦੋਨਾਂ ਦੇ, ਉਹ ਰੱਬ ਨੇ ਇੰਟਰਵਿਊ ਸੁਣ ਕੇ ਨਹੀਂ ਲਿਖਣੇ, ਉਹਨੇ ਦੇਖਣਾ ਤੁਹਾਡੇ ਅੰਦਰ ਕੀ ਹੈ, ਤੁਸੀਂ ਕਰਮ ਕਿੱਦਾਂ ਦੇ ਕਰ ਰਹੇ ਹੋ। ਅਤੇ ਮੈਨੂੰ ਆਪਣੇ ਕਰਮਾਂ 'ਤੇ ਬਹੁਤ ਵਿਸ਼ਵਾਸ ਹੈ ਕਿ ਮੈਂ ਕਿਸੇ ਨਾਲ ਧੋਖਾ ਨਹੀਂ ਕਰਦਾ, ਕੋਈ ਕੁੰਡੀਬਾਜ਼ੀ ਨਹੀਂ ਕਰਦਾ, ਕੋਈ ਗਲਤ ਨਹੀਂ ਕਰਦਾ। ਉਸ ਤੋਂ ਇਲਾਵਾ ਜਿਵੇਂ ਕਿਸੇ ਨੂੰ ਮੇਰੇ ਨਾਲ ਕੋਈ ਦਿੱਕਤ ਆ, ਉਹਦਾ ਤਾਂ ਮੈਂ ਕੋਈ ਹੱਲ ਕਰ ਨਹੀਂ ਸਕਦਾ, ਕਿਉਂਕਿ ਮੈਂ ਰੱਬ ਨਹੀਂ ਹੈਗਾ, ਮੈਂ ਇਨਸਾਨ ਹਾਂ, ਮੈਂ ਕੋਈ ਗਲਤੀਆਂ ਵੀ ਹੁੰਦੀਆਂ, ਮੇਰੇ 'ਚ ਕਮੀਆਂ ਵੀ ਹੈ ਅਤੇ ਉਹ ਰਹਿਣਗੀਆਂ। ਬਿਲਕੁਲ, ਕਮੀਆਂ ਵੀ ਹੁੰਦੀਆਂ ਨੇ, ਗਲਤੀਆਂ ਵੀ ਹੁੰਦੀਆਂ ਨੇ, ਕੋਈ ਰੱਬ ਨਹੀਂ ਹੈ, ਪਰ ਹਾਂ ਇੱਕ ਅੱਛਾ ਇਨਸਾਨ ਜ਼ਰੂਰ ਬਣ ਸਕਦੇ ਹੋ ਤੁਸੀਂ।
ਲੁਧਿਆਣਾ ਤੋਂ ਰੋਹਿਤ ਗੋਡ, ਨਿਊਜ਼ 18।